ਅੱਜ ਦੀ ਚਾਰਜ ਵੱਲੋਂ ਇਹ ਕਹਿਣਾ ਚਾਹਾਂਗਾ ਜੀ, ਤੁਸੀਂ ਜਿਹੜੇ ਸ਼ਹਿਰ ਦੇ ਵਿੱਚ ਤੁਸੀਂ ਜੰਮੇ ਹੁੰਦੇ ਹੋ, ਜਿੱਥੇ ਸਕੂਲ 'ਚ ਪੜ੍ਹੇ ਹੁੰਦੇ ਹੋ, ਜਿੱਥੇ ਖੇਡੇ ਹੁੰਦੇ ਹੋ, ਜਿਹੜੇ ਸ਼ਹਿਰ ਦੇ ਵਿੱਚ ਤੁਸੀਂ ਵਿਚਰੇ ਹੁੰਦੇ ਹੋ, ਅੱਜ ਮੈਨੂੰ ਬਹੁਤ ਹੀ ਕਮ ਉਮਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਣ ਕਰਕੇ, ਇੱਥੇ ਸੇਵਾ ਕਰਦੇ ਹੋਣ ਦੇ ਨਾਤੇ, ਅੱਜ ਮੈਨੂੰ ਮੇਰੇ ਲੀਡਰ, ਮੇਰੇ ਸੀ ਐਮ ਸਾਹਿਬ ਨੇ ਮੈਨੂੰ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦਾ ਮੈਂਬਰ ਲਗਾਇਆ ਹੈ। ਅਰੀ ਡਿਵੈਲਪਮੈਂਟ ਦੇ ਵਿੱਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਯੋਗਦਾਨ ਪਾ ਸਕਾਂ, ਅਤੇ ਮੈਂ ਪੂਰੀ ਇਮਾਨਦਾਰੀ ਨਾਲ, ਮਿਹਨਤ ਨਾਲ, ਤਨਦੇਹੀ ਨਾਲ ਪੂਰਾ ਜ਼ੋਰ ਲਗਾ ਕੇ ਅੰਮ੍ਰਿਤਸਰ ਦੇ ਵਿਕਾਸ ਦੇ ਵਿੱਚ ਰੁੱਝਿਆ ਰਹਾਂਗਾ ਜੀ। ਅੰਮ੍ਰਿਤਸਰ ਦੀ ਡਿਵੈਲਪਮੈਂਟ ਦੇ ਲਈ ਜੋ ਜੋ ਮੈਨੂੰ ਕਰਨਾ ਪਏਗਾ ਮੈਂ ਕਰਾਂਗਾ। ਇਸ ਦੇ ਲਈ ਚਾਹੇ ਮੈਨੂੰ ਸਪੈਸ਼ਲ ਪ੍ਰੋਜੈਕਟ ਦੇ ਲਈ, ਸਪੈਸ਼ਲ ਪੈਕੇਜ ਦੇ ਲਈ ਮੈਨੂੰ ਮੇਰੇ ਲੀਡਰ, ਮੇਰੇ ਮੈਂਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਜਾ ਕੇ ਕੋਲ ਮਿਲਣਾ ਪਵੇ, ਉਹਨਾਂ ਨੂੰ ਬੇਨਤੀ ਕਰਨੀ ਪਵੇ, ਕਿਉਂਕਿ ਸਾਡੇ ਤੇ ਮਹਿਕਮੇ ਦੇ ਵੈਸੇ ਵੀ ਮੈਮ ਚੇਅਰਮੈਨ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ, ਸੀ ਐਮ ਸਾਹਿਬ ਨੇ, ਅਤੇ ਮੈਂ ਬਹੁਤ ਹੀ ਜਲਦੀ ਇਹਦੇ ਸਾਰੀ ਵਰਕਿੰਗ ਕਰਕੇ, ਤੇਰੇ ਅੱਛੇ ਤੋਂ ਅੱਛੇ ਜਿਹੜੇ ਪ੍ਰੋਜੈਕਟ ਫਿਜ਼ੀਬਲ ਹੈਗੇ ਨੇ ਉਹ ਪ੍ਰੋਜੈਕਟ ਲੈ ਕੇ ਮੈਂ ਆਪਣੇ ਚੇਅਰਮੈਨ ਸਾਹਿਬ ਨਾਲ, ਸੀ ਐਮ ਸਾਹਿਬ ਨਾਲ ਮਿਲਾਂਗਾ। ਪੰਜਾਬ ਸਰਕਾਰ ਵੱਲੋਂ ਜਿੱਥੇ ਆਮ ਲੋਕਾਂ ਨੂੰ ਸਾਰੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ, ਉੱਥੇ ਆਪਣੇ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਨਹੀਂ ਭੁੱਲਿਆ ਗਿਆ, ਤੇ ਨਾਲ ਹੀ ਜਿਹੜੇ ਪੁਰਾਣੇ ਵਲੰਟੀਅਰ ਨੇ ਜਿਹੜੇ ਪਾਰਟੀ ਨਾਲ ਗਰਾਊਂਡ ਲੈਵਲ ਤੇ ਰਹਿ ਕੇ ਕੰਮ ਕਰਦੇ ਰਹੇ ਨੇ, ਉਹਨਾਂ ਵਿੱਚ ਨੇ ਇੱਕ ਸਾਡੇ ਅੰਮ੍ਰਿਤਸਰ ਤੋਂ ਕੁਣਾਲ ਧਵਨ ਜੀ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪਾਰਟੀ ਨਾਲ ਸੇਵਾਵਾਂ ਨਿਭਾਈਆਂ ਨੇ, ਵੱਖ ਵੱਖ ਰਾਜਾਂ ਵਿੱਚ ਜਾ ਕੇ ਪਾਰਟੀ ਲਈ ਪ੍ਰਚਾਰ ਕੀਤਾ, ਤੇ ਇਸ ਵੇਲੇ ਅੰਮ੍ਰਿਤਸਰ ਲੋਕ ਸਭਾ ਹਲਕਾ ਦੱਖਣੀ ਦੇ ਪ੍ਰਭਾਰੀ ਵੀ ਨੇ। ਇਸ ਤੋਂ ਇਲਾਵਾ ਅੱਜ ਪੰਜਾਬ ਸਰਕਾਰ ਨੇ ਉਹਨਾਂ ਨੂੰ ਬੜੀ ਵੱਡੀ ਇੱਕ ਅਹਿਮ ਜ਼ਿੰਮੇਵਾਰੀ ਦਿੱਤੀ ਆ, ਜਿਸ 'ਚ ਉਹਨਾਂ ਨੂੰ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਕੇਸਰੀ ਜਗਬਾਣੀ ਵੱਲੋਂ ਤੁਹਾਨੂੰ ਮੈਂਬਰ ਚੁਣਨ 'ਤੇ ਜੀ ਮੈਂ ਬਹੁਤ ਬਹੁਤ ਤੁਹਾਡਾ ਸਵਾਗਤ ਕਰਦੀ ਹਾਂ, ਤੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਅੱਜ ਕੀ ਕਹਿਣਾ ਚਾਹੋਗੇ, ਆ ਜਿਹੜੀ ਤੁਹਾਨੂੰ ਅਹਿਮ ਜ਼ਿੰਮੇਵਾਰੀ ਮਿਲੀ ਹੈ ਇਹਦੇ ਬਾਰੇ ਕੀ ਤੁਸੀਂ ਸਰਕਾਰ ਨੂੰ ਕਿਸ ਤਰ੍ਹਾਂ ਦਾ, ਇਸ ਨੂੰ ਕਿਸ ਤਰ੍ਹਾਂ ਲੈ ਰਹੇ ਜੇ? ਸਭ ਤੋਂ ਪਹਿਲੇ ਮੈਮ ਮੈਂ ਤੁਹਾਡੇ ਚੈਨਲ ਦੁਆਰਾ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ, ਅਤੇ ਧੰਨਵਾਦ ਕਹਿੰਦਾ ਵਾਂ ਜੀ। ਅਤੇ ਮੈਂ ਅੱਜ ਦੀ ਜਿਹੜਾ ਦਾਸ ਨੂੰ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦਾ ਮੈਂਬਰ ਵੱਲੋਂ ਚਾਰਜ ਮੈਂ ਸੰਭਾਲਿਆ ਹੈ, ਇਸ ਦੇ ਲਈ ਜੀ ਸਭ ਤੋਂ ਪਹਿਲੇ ਮੈਂ ਬਹੁਤ ਬਹੁਤ ਲੱਖ ਲੱਖ ਧੰਨਵਾਦ ਕਰਨਾ ਚਾਹਾਂਗਾ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਮੁੱਖ ਮੰਤਰੀ ਦਿੱਲੀ, ਨਾਲ ਹੀ ਜਿਹੜੇ ਸਾਡੇ ਹਰਮਨ ਪਿਆਰੇ ਨੇਤਾ, ਸਾਡੇ ਲੀਡਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਸ਼੍ਰੀ ਸੰਦੀਪ ਪਾਠਕ ਜੀ ਦਾ, ਰਾਜ ਸਭਾ ਸਾਂਸਦ ਜਿਹੜੇ ਨੈਸ਼ਨਲ ਜਨਰਲ ਸੈਕਟਰੀ ਔਰਗਨਾਈਜੇਸ਼ਨ ਜੀ ਹੈ, ਔਰ ਤਮਾਮ ਲੀਡਰ ਸਾਹਿਬਾਨਾਂ ਦਾ, ਮੰਤਰੀ ਸਾਹਿਬਾਨਾਂ ਦਾ, ਅਤੇ ਸਭ ਤੋਂ ਜ਼ਰੂਰੀ ਜੀ ਜਿਹਨੂੰ ਸਾਡੇ ਮਾਨ ਸਾਹਿਬ ਕਹਿੰਦੇ ਆ ਰੀੜ ਦੀ ਹੱਡੀ ਹੈ, ਵਲੰਟੀਅਰ ਸਾਹਿਬਾਨਾਂ ਦਾ, ਜਿਨ੍ਹਾਂ ਦੇ ਸਦਕਾ ਅੱਜ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣੀ ਹੈ ਅਤੇ ਚੱਲ ਰਹੀ ਹੈ, ਅਤੇ ਆਪਾਂ ਰੰਗਲਾ ਪੰਜਾਬ ਦੇ ਵਿੱਚ ਸਾਰੇ ਹੀ ਸਰ ਪੂਰਾ ਜ਼ੋਰ ਲਗਾ ਕੇ ਤਨਦੇਹੀ ਨਾਲ ਲੱਗੇ ਹਾਂ। ਅਤੇ ਮੈਂ ਅੱਜ ਦੀ ਚਾਰਜ ਵੱਲੋਂ ਇਹ ਕਹਿਣਾ ਚਾਹਾਂਗਾ ਜੀ, ਤੁਸੀਂ ਜਿਹੜੇ ਸ਼ਹਿਰ ਦੇ ਵਿੱਚ ਤੁਸੀਂ ਜੰਮੇ ਹੁੰਦੇ ਹੋ, ਜਿੱਥੇ ਸਕੂਲ 'ਚ ਪੜ੍ਹੇ ਹੁੰਦੇ ਹੋ, ਜਿੱਥੇ ਖੇਡੇ ਹੁੰਦੇ ਹੋ, ਜਿਹੜੇ ਸ਼ਹਿਰ ਦੇ ਵਿੱਚ ਤੁਸੀਂ ਵਿਚਰੇ ਹੁੰਦੇ ਹੋ, ਅੱਜ ਮੈਨੂੰ ਬਹੁਤ ਹੀ ਕਮ ਉਮਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਣ ਕਰਕੇ, ਇੱਥੇ ਸੇਵਾ ਕਰਦੇ ਹੋਣ ਦੇ ਨਾਤੇ, ਅੱਜ ਮੈਨੂੰ ਮੇਰੇ ਲੀਡਰ, ਮੇਰੇ ਸੀ ਐਮ ਸਾਹਿਬ ਨੇ ਮੈਨੂੰ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦਾ ਮੈਂਬਰ ਲਗਾਇਆ ਹੈ। ਮੈਨੂੰ ਮੌਕਾ ਮਿਲਿਆ ਹੈ ਕਿ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰ ਸਕਾਂ, ਅਰੀ ਡਿਵੈਲਪਮੈਂਟ ਦੇ ਵਿੱਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਯੋਗਦਾਨ ਪਾ ਸਕਾਂ, ਅਤੇ ਮੈਂ ਪੂਰੀ ਇਮਾਨਦਾਰੀ ਨਾਲ, ਮਿਹਨਤ ਨਾਲ, ਤਨਦੇਹੀ ਨਾਲ ਪੂਰਾ ਜ਼ੋਰ ਲਗਾ ਕੇ ਅੰਮ੍ਰਿਤਸਰ ਦੇ ਵਿਕਾਸ ਦੇ ਵਿੱਚ ਰੁੱਝਿਆ ਰਹਾਂਗਾ ਜੀ। ਧੰਨਵਾਦ ਜੀ। ਦੇ ਵਿੱਚ ਸਾਡੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਡਿਵੈਲਪਮੈਂਟ ਕਰਨ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮੈਂ ਅਕਸਰ ਹੀ ਪੋਲੀਟੀਕਲ ਅਰੀਨਾ ਦੇ ਵਿੱਚ ਅਕਸਰ ਬੇਨਤੀ ਕਰਦਾ ਰਹਿੰਦਾ ਹਾਂ, ਕਹਿੰਦਾ ਹਾਂ ਕਿ ਅਸੀਂ ਜਦੋਂ ਪੋਲੀਟਿਕਸ ਦੇ ਵਿੱਚ ਆਉਂਦੇ ਹਾਂ ਤੇ ਇੱਕ ਮਕਸਦ ਟੀਚਾ ਲੈ ਕੇ ਆਉਂਦੇ ਹਾਂ ਕਿ ਅਸੀਂ ਸੋਸ਼ਲ ਕੌਜ਼ ਲਈ ਕੰਮ ਕਰਨਾ ਹੈ, ਅਸੀਂ ਆਪਣੀ ਜਨਤਾ ਦੇ ਲਈ ਕੰਮ ਕਰਨਾ ਹੈ, ਅਸੀਂ ਭੈਣ ਭਰਾਵਾਂ ਦੇ ਲਈ ਕੰਮ ਕਰਨਾ ਹੈ, ਤੇ ਅੱਜ ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ ਨੇ, ਸ਼੍ਰੀ ਸੰਦੀਪ ਪਾਠਕ ਸਾਹਿਬ ਨੇ ਸਾਨੂੰ ਇੰਨਾ ਬਲ ਬਖਸ਼ਿਆ ਹੈ ਕਿ ਅਸੀਂ ਆਪਣੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਿਆਰੀ ਜਨਤਾ, ਜਿਨ੍ਹਾਂ ਨੇ ਸਾਨੂੰ ਪ੍ਰਚੰਡ ਬਹੁਮਤ ਨਾਲ ਜਿਤਾਇਆ, ਤੇ ਸਾਡੀ 5 ਵਿਧਾਨ ਸਭਾ ਦੀ ਸੀਟਾਂ ਪ੍ਰਚੰਡ ਬਹੁਮਤ ਨਾਲ ਜਿਤਾਈਆਂ, ਸਾਨੂੰ ਉਰੀ ਡਿਵੈਲਪਮੈਂਟ ਲਈ ਦਾ ਕੰਮ ਕਰਨ ਦਾ ਮੌਕਾ ਮਿਲਿਆ ਹੈ। ਤੇ ਮੈਂ ਤੁਹਾਡੇ ਰਾਹੀਂ ਸਾਰੀ ਭੈਣ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਹਾਂ ਕਿ ਮੈਂ ਪੂਰੀ ਤਨਦੇਹੀ ਨਾਲ, ਇਮਾਨਦਾਰੀ ਨਾਲ,
ਪੂਰੀ ਮਿਹਨਤ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿਕਾਸ ਲਈ ਵੱਧ ਤੋਂ ਵੱਧ ਤਨਦੇਹੀ ਨਾਲ ਇਮਾਨਦਾਰੀ ਨਾਲ ਕੰਮ ਕਰਾਂਗਾ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਜੋ ਵੀ ਮੈਨੂੰ ਨਿਰਣੇ ਲੈਣੇ ਪੈਣਗੇ, ਜੋ ਵੀ ਮੈਨੂੰ ਐਫਰਟਸ ਲਗਾਉਣੇ ਪੈਣਗੇ, ਮੈਂ ਵਲੰਟੀਅਰ ਸਾਹਿਬਾਨਾਂ ਨਾਲ ਸ਼ਾਸਨ ਪ੍ਰਸ਼ਾਸਨ ਨਾਲ ਮਿਲ ਕੇ ਪੂਰੀ ਮਿਹਨਤ ਕਰਾਂਗਾ ਭੈਣ ਜੀ। ਜੇ ਆਪਾਂ ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕਰੀਏ, ਚਲੋ ਕਾਫੀ ਕਾਰਪੋਰੇਸ਼ਨ ਨੇ ਵੀ, ਇੰਪਰੂਵਮੈਂਟ ਟਰੱਸਟ ਨੇ ਵੀ ਇਹਦਾ ਵਿਕਾਸ ਕੀਤਾ, ਲੇਕਿਨ ਹਜੇ ਵੀ ਬਹੁਤ ਸਾਰੀਆਂ ਕਮੀਆਂ ਨੇ। ਤੁਸੀਂ ਵੀ ਉਹ ਕਮੀਆਂ ਦੇਖੀਆਂ ਹੋਣੀਆਂ ਨੇ, ਕੋਈ ਤੇ ਤੁਹਾਡੇ ਦਿਮਾਗ 'ਚ ਹੋਏਗਾ ਕਿ ਮੈਂ ਜਦੋਂ ਇੱਥੇ ਆਊਂਗਾ, ਕਿਤੇ ਵੀ ਮੈਨੂੰ ਮੌਕਾ ਮਿਲੇਗਾ, ਤੇ ਮੈਂ ਸਭ ਤੋਂ ਪਹਿਲਾਂ ਕੀ ਤੁਹਾਡੀ ਪ੍ਰਾਇੋਰਟੀ ਰਹੇਗੀ? ਦੇਖੋ ਜੀ, ਬੜਾ ਹੀ ਇੱਕ ਇੰਪੋਰਟੈਂਟ ਸਵਾਲ ਹੈ ਜਿਹੜਾ ਤੁਸੀਂ ਕੀਤਾ ਹੈ, ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇੰਪਰੂਵਮੈਂਟ ਟਰੱਸਟ ਵੀ ਹੈ, ਕਾਰਪੋਰੇਸ਼ਨ ਵੀ ਹੈ, ਮੈਂ ਤੁਹਾਡੇ ਰਾਹੀਂ ਦੱਸਣਾ ਚਾਹਾਂਗਾ ਕਿ 70 ਸਾਲ ਦਾ ਜਿਹੜਾ ਦੂਸਰੀ ਰਵਾਇਤੀ ਪਾਰਟੀਆਂ ਨੇ ਬੇੜਾ ਗਰਕ ਕੀਤਾ ਦਾ ਸੀ ਸਾਡੇ ਪੰਜਾਬ ਦਾ, ਉਹਨੂੰ ਅਸੀਂ ਸਾਰੇ ਮਿਲ ਕੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਸੁਧਾਰਨ ਦੇ ਵਿੱਚ ਲੱਗੇ ਹਾਂ, ਤੇ ਇੰਨੇ ਵੱਡੇ ਇੱਕ ਚੀਜ਼ ਦਾ ਨੁਕਸਾਨ ਕੀਤਾ ਹੋਵੇ, ਇੰਨੇ ਵੱਡੇ ਸੂਬੇ ਦਾ ਕਰਜ਼ੇ ਦੇ ਵਿੱਚ ਡੁਬੋਇਆ ਹੋਵੇ, ਉਹਨੂੰ ਕੁਝ ਸਮਾਂ ਲੱਗਦਾ ਹੈ। ਸਾਡੀ ਨੀਅਤ ਸਾਫ਼ ਹੈ, ਸਾਡੀ ਨੀਤ ਸਾਫ਼ ਹੈ, ਸਾਡੀ ਨੀਤੀ ਸਾਫ਼ ਹੈ, ਤੇ ਅਸੀਂ ਰਲ ਕੇ ਲੱਗੇ ਹਾਂ। ਤੇਰਾ ਹੀ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਿਟੀ ਦੇ ਵਿੱਚ ਤੁਸੀਂ ਕਿਹਾ, ਮੇਰਾ ਸਕੋਪ ਆਫ ਵਰਕ ਮੈਮ ਸਾਰਾ ਪੜ ਰਿਹਾ ਵਾਂ, ਤੇਰੇ ਸਕੋਪ ਆਫ ਵਰਕ ਦੇ ਵਿੱਚ ਜੁਰਿਸਡਿਕਸ਼ਨ ਦੇ ਵਿੱਚ ਜੋ ਜੋ ਵੀ ਆਉਂਦਾ ਹੈ, ਜਿਸ ਤਰ੍ਹਾਂ ਕੁਝ ਪ੍ਰੋਜੈਕਟ ਚੱਲ ਰਹੇ ਨੇ, ਜਿਸ ਤਰ੍ਹਾਂ ਐਰੋ ਸਿਟੀ ਦਾ ਪ੍ਰੋਜੈਕਟ ਚੱਲ ਰਿਹਾ ਜੀ ਅੰਮ੍ਰਿਤਸਰ ਦੇ ਵਿੱਚ, ਜਿਸ ਤਰ੍ਹਾਂ ਹੋਰ ਪਾਰਕਿੰਗ ਦਾ ਪ੍ਰੋਜੈਕਟ ਚੱਲ ਰਿਹਾ ਹੈ, ਤੇ ਮੈਂ ਫਿਰ ਆਪਣੀ ਗੱਲ ਨੂੰ ਦੁਹਰਾਵਾਂਗਾ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਦੇ ਲਈ ਚਾਹੇ ਸਾਨੂੰ ਕੋਈ ਨਈ ਕਲੋਨੀਆਂ ਦੇ ਲੈ ਕੇ ਆਣੀਆਂ ਪੈਣ, ਚਾਹੇ ਉਹ ਸਾਫ਼ ਸਫਾਈ ਹੋਵੇ, ਚਾਹੇ ਉਹ ਮੇਨਟੇਨੈਂਸ ਹੋਵੇ, ਤੋਂ ਅੰਮ੍ਰਿਤਸਰ ਦੀ ਡਿਵੈਲਪਮੈਂਟ ਦੇ ਲਈ ਜੋ ਜੋ ਮੈਨੂੰ ਕਰਨਾ ਪਏਗਾ ਮੈਂ ਕਰਾਂਗਾ। ਇਸ ਦੇ ਲਈ ਚਾਹੇ ਮੈਨੂੰ ਸਪੈਸ਼ਲ ਪ੍ਰੋਜੈਕਟ ਦੇ ਲਈ, ਸਪੈਸ਼ਲ ਪੈਕੇਜ ਦੇ ਲਈ ਮੈਨੂੰ ਮੇਰੇ ਲੀਡਰ, ਮੇਰੇ ਮੈਂਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਜਾ ਕੇ ਕੋਲ ਮਿਲਣਾ ਪਵੇ, ਉਹਨਾਂ ਨੂੰ ਬੇਨਤੀ ਕਰਨੀ ਪਵੇ, ਕਿਉਂਕਿ ਸਾਡੇ ਤੇ ਮਹਿਕਮੇ ਦੇ ਵੈਸੇ ਵੀ ਮੈਮ ਚੇਅਰਮੈਨ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ, ਸੀਐਮ ਸਾਹਿਬ ਨੇ, ਤੇ ਮੈਂ ਬਹੁਤ ਹੀ ਜਲਦੀ ਇਹ ਤੇ ਸਾਰੀ ਵਰਕਿੰਗ ਕਰਕੇ, ਤੇਰੇ ਅੱਛੇ ਤੋਂ ਅੱਛੇ ਜਿਹੜੇ ਪ੍ਰੋਜੈਕਟ ਫਿਜ਼ੀਬਲ ਹੈਗੇ ਨੇ ਉਹ ਪ੍ਰੋਜੈਕਟ ਲੈ ਕੇ ਮੈਂ ਆਪਣੇ ਚੇਅਰਮੈਨ ਸਾਹਿਬ ਨਾਲ, ਸੀਐਮ ਸਾਹਿਬ ਨਾਲ ਮਿਲਾਂਗਾ, ਤੇ ਬਾਕੀ ਟਾਈਮ ਦੱਸੇਗਾ ਜੀ। ਬਹੁਤ ਜਲਦੀ ਤੁਹਾਨੂੰ ਸਾਡੇ ਕੰਮ ਦੀ ਰੂਪਰੇਖਾ ਵੀ ਪਤਾ ਲੱਗ ਜਾਏਗੀ, ਤੇ ਸਾਡੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਆਣਗੇ। ਇਹਨੂੰ ਮੈਂ ਪੂਰੀ ਐਫੀਸ਼ੀਐਂਸੀ ਨਾਲ, ਇਫੈਕਟਿਵਨੈਸ ਨਾਲ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਪੂਰਾ ਯੋਗਦਾਨ ਦੇਵਾਂਗਾ ਜੀ। ਤੇ ਇਸ ਦੇ ਨਾਲ ਹੀ ਆਪਾਂ ਵੀ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ, ਤੇ ਅਸੀਂ ਕਹਾਂਗੇ ਕਿ ਗੁਰੂ ਦੀ ਨਗਰੀ ਨੂੰ ਖੂਬਸੂਰਤ ਬਣਾਉਣ ਵਿੱਚ ਜਿਹੜਾ ਵਾ ਤੁਸੀਂ, ਆਪਾਂ ਇਸੇ ਤਰ੍ਹਾਂ ਹੀ ਤਨਦੇਹੀ ਨਾਲ ਲੱਗੇ ਰਹੋ, ਤੇ ਕੁਨਾਲ ਤਵੰਜੀ ਇੱਕ ਦਿਨ ਜਿਹੜਾ ਵਾ ਕਿ ਇੱਕ ਹੋਰ ਅਸੀਂ ਚਾਹਾਂਗੇ ਕਿ ਕਿਸੇ ਵੱਡੀ ਅਥਾਰਟੀ ਦੇ ਐਜ਼ ਏ ਚੇਅਰਮੈਨ ਵਜੋਂ ਜਾਂ ਇੱਕ ਵੱਡੇ ਨੇਤਾ ਵਜੋਂ ਵੀ ਸਾਡੇ ਸਾਹਮਣੇ ਰੂਬਰੂ ਹੋਣ, ਤੇ ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅੰਮ੍ਰਿਤਸਰ ਤੋਂ ਮਮਤਾ ਦੇਵਗਨ ਦੇ ਨਾਲ, ਮੋਂਟੀ ਗਾਂਧੀ।